इन्ना नेक खेडदे में कदी के खिडारी दा गर्म नहीं होया कदे कोई भी मैच अज तक वेख लो किसे ना गां नहीं कदी किसे ना किन्नी देर तो कबड्डी जो जस खेडदे इन्नू घटो घट 22 साल दे लागे होए 22 साल होए कबड्डी खेडदे पता लगा सी कि मतलब गरीबी च बहुत जी जाने गरीबी च फिर इस तरह ही शुरू तो मतलब ही झटका परिवार सी बाबा जी दी संगत करदे सी घूमनी ज्यादा रहिंदे हुंदे सी उत्थे चल जाना सेवा भी करनी सेवा भावना वाले सी गुरद्वारे हुण भी फादरां दे पक्की लस्सी ते सेवा करदे सी बाबा जी दे डेरे पहले दादा जी इन्होंने उत्थे रहे 40 साल सेवा करते रहे पंजाब तो अपना खेतीबाड़ी का मसला ही वैष्णो बिरती ही कोई हो जाए कितने कितने खेड चुके थे ये मलेशिया खेड के आए आ तो न्यूजीलैंड भी खेड आए आ हूँ फिर मैं कल पासपोर्ट आएगा सवेरे मेरे नाल की गल एक बजे मेरे नाल गल की सवा एक बजे मैं बाहर जाना मैनू धम्मे का फोन आया शाम कि मनो ठीक नहीं ज्यादा फिर मैं उस लिए मामा ने फोन किया कट्ठे उस दस मिनट फोन आया कि मनो शरीर छड़ गया ਇੰਨਾ ਕੰਮ ਹੋਇਆ ਬਸ ਕਿੰਨੀ ਦੇਰ ਤੋਂ ਜਿਹੜੇ ਕਬੱਡੀ ਖੇਡੇ ਸੀ ਹਾਂਜੀ ਕਿੰਨੀ ਦੇਰ ਤੋਂ ਕਬੱਡੀ ਖੇਡੇ ਸੀ ਕਬੱਡੀ ਇਹਨਾਂ ਨੂੰ ਖੇਡਦਿਆਂ ਤਾਂ ਕਾਫੀ ਟਾਈਮ ਹੋ ਗਿਆ ਪਰ ਬਾਅਦ ਵਿੱਚ ਜਦੋਂ ਨੜਾਂ ਵਾਲੀ ਟੀਮ 'ਚ ਹੋ ਗਏ ਮੁੜ ਕੇ ਇਹਦੇ ਵਿੱਚ ਕਾਫੀ ਟਾਈਮ ਖੇਡਦੇ ਰਹੇ ਫਿਰ ਆ ਜਦੋਂ ਕਲਸੀ ਦੀ ਟੀਮ ਦੇ ਵਿੱਚ ਆਏ ਫਿਰ ਪਹਿਲੀ ਵਾਰੀ ਤਾਂ ਮਲੇਸ਼ੀਆ ਖੇਡਣ ਗਏ ਉਦੋਂ ਕਾਫੀ ਨਾਮ ਬਣਿਆ ਉੱਥੇ ਬੈਸਟ ਨਿਕਲਿਆ ਐਰਕੀ ਨਿਊਜ਼ੀਲੈਂਡ ਗਏ ਜਿੱਦਣ ਐਰਕੀ ਨਿਊਜ਼ੀਲੈਂਡ ਗਏ ਹੁਣ ਉਦਣ ਫਾਦਰ ਦੀ ਡੈਥ ਹੋ ਗਈ ਇਧਰੋਂ ਜਲਦੇ ਚੜ੍ਹ ਗਏ ਉਧਰੋਂ ਫਾਦਰ ਦੇ 4 ਮਹੀਨੇ ਹੋਏ ਮਾਸਟਰ ਦੀ ਡੈਥ ਹੋਈ ਨੂੰ ਹੁਣ ਇਹ ਪਾਣਾ ਵਰਤ ਗਿਆ ਬਾਬ ਬੋਗਾ ਹੀ ਭਲਵਾਨ ਵਾਲਾ ਸਿਸਟ ਜਿਹਾ ਆਮ ਹਰ ਬੱਚੇ ਲੈ ਕੇ ਤੁਰਨਾ ਜੁਰਗਾਂ ਨੂੰ ਗੋਡੇ ਹੱਥ ਲਾ ਕੇ ਤੁਰ ਨੀਵੇਂ ਹੋ ਕੇ ਜੇ ਭਲਵਾਨ ਹੁੰਦਾ ਹੋ ਕੇ ਉਹ ਮਤਬਲੀ ਕੋਈ ਬਾਕੀ ਅਜੇ ਵਿਚਾਰਾ ਆਪਣੇ ਟਕਾ ਸੀ ਮਿਹਨਤ ਬਹੁਤ ਗਰੀਬੀ ਰੇਖਾ ਘਰ ਦੇ ਹਾਲਤ ਨਹੀਂ ਦੇ ਨਾ ਕਿ ਖਰਚਾ ਕੀਤੇ ਪੂਰਾ ਵਿਚਾਰਦਾ 3 ਮਹੀਨੇ ਪਹਿਲਾਂ ਬਾਬ ਦੀ ਡੈਥ ਹੋਈ ਨਿਕਾਬਰਾ ਬਾਹਰ ਗਿਆ ਅੱਗੇ 17 ਵਾਪਸ ਆਇਆ ਸੀ ਹੁਣ 17 ਵਾਪਸ ਮਹੀਨੇ ਵੀ ਲੱਗਦਾ ਅੱਗੇ ਪਿੰਡ ਦਾ ਇਲਾਕਾ ਮਹਿਸੂਸ ਕਰ ਲਿਆ 5 ਪਿੰਡ ਰਾਤੀ ਆਏ ਹਰੀ ਤੋਂ ਆਏ ਗੁਲਾ ਨੰਗਲ ਤੋਂ ਪਿਜਰਾਜ ਤੋਂ ਇੱਥੇ ਦੇਖੇ ਤੋਂ ਕਾਫੀ ਕਾਫੀ ਦੂਰ ਬਹੁਤ ਆਏ ਪਿਆ ਕੇ ਬਣਾਇਆ ਸਾਡੇ ਪਿੰਡ ਦਾ ਬਹੁਤ ਹੈ ਬਾਕੀ ਆਪਣੀ ਟੀਮ ਦਾ ਮੁੰਡਿਆਂ ਨੇ ਭਰਾ ਸੀਗੇ